ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਸੰਗ ਜੀਓ ਅੱਜ ਦਾਸ ਬਾਬਾ ਸ਼੍ਰੀ ਚੰਦ ਜੀ ਦੀ ਚਲ ਰਹੀ ਲੜੀ ਪਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਜਦੋਂ ਬੀਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਜਦ ਇਹ ਪੱਖੋਂ ਕੀ ਮਰਨ ਗਏ ਸੀ ਤੇ ਜਦ ਰਾਤ ਰਹਿ ਅੰਮ੍ਰਿਤ ਵੇਲਾ ਜਦ ਹੋਇਆ ਕੁੱਕੜ ਨੇ ਆਵਾਜ਼ ਦਿੱਤੀ ਤੇ ਆਵਾਜ਼ ਸੁਣਦਿਆਂ ਸਾਰਾ ਜਿਹੜਾ ਪਰਿਵਾਰ ਸੀਗਾ ਇਹ ਉੱਠ ਪਿਆ ਜਦ ਉੱਠ ਪਿਆ ਉਸ ਤੋਂ ਬਾਅਦ ਸਾਰੇ ਪਰਿਵਾਰ ਨੇ ਸ਼ਰਾਨ ਭਣੀ ਕੀਤਾ ਸਾਰੇ ਆਪੋ ਆਪਣੇ ਨੇਮ ਦੇ ਵਿੱਚ ਜੋੜ ਗਏ ਔਰ ਖਾਸ ਕਰਕੇ ਬੀਬੇ ਨਾਨਕੀ ਜੀ ਆਪਣੇ ਵੀਰ ਜੀ ਦਾ ਧਿਆਨ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਗਰਬਾਣੀ ਦੇ ਨਾਲ ਜੁੜ ਬੈਠੇ ਰਹੇ ਇਸ ਤਰ੍ਹਾਂ ਭਾਈ ਜੈ ਰਾਮ ਜੀ ਵੀ ਇਸ ਤਰ੍ਹਾਂ ਜੁੜ ਕੇ ਨਿਰੰਕਾਰ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਟਿਕਾਈ ਰੱਖਿਆ ਉਸ ਤੋਂ ਬਾਅਦ ਜਦ ਥੋੜਾ ਜਿਹਾ ਦਿਨ ਦਾ ਅਜਾਲਾ ਹੋਇਆ ਤਾਂ ਫੇਰ ਸਾਰੇ ਨੇ ਸੋਚਿਆ ਕਿ ਭਾਈ ਹੁਣ ਲੰਗਰ ਪਾਣੀ ਦੀ ਸਾਰੀ ਜਿਹੜੀ ਤਿਆਰੀ ਕੀਤੀ ਜਾਵੇ ਇਸ ਕਰਕੇ ਸਾਰੇ ਪਰਿਵਾਰ ਨੇ ਜਿਹੜੇ ਸੀਗੇ ਉਹ ਸਭ ਤੋਂ ਪਹਿਲਾਂ ਜਿਹੜੀ ਅਸੀਂ ਦਾਣਾ ਸਬਜ਼ਾਂ ਕੱਟਣੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਤੋਂ ਬਾਅਦ ਸਾਰੇ ਪਰਿਵਾਰ ਨੇ ਜਦ ਪ੍ਰਸ਼ਾਦਾ ਤਿਆਰ ਹੋ ਗਿਆ ਮਿਲ ਬੈਠ ਕੇ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਸਾਰੇ ਘਰ ਦੀ ਸਫਾਈ ਕਰਕੇ ਜਦ ਸਾਰਾ ਪਰਿਵਾਰ ਜਿਹੜਾ ਸੀਗਾ ਉਹ ਕੁਝ ਟਾਈਮ ਉਹਨਾਂ ਨੂੰ ਬੇਲ ਮਿਲੀ ਤੇ ਉਸ ਤੋਂ ਬਾਅਦ ਫੇਰ ਜਿੰਨੇ ਵੀ ਆਂਢ ਗੁਆਂਢ ਸੀਗੇ ਉਹ ਵੀ ਆ ਗਏ ਮਤਸ ਲਖਮੀ ਜੀ ਦੇ ਵਿਹੜੇ ਵਿੱਚ ਜਿਹੜੇ ਮੰਝੇ ਪਏ ਸੀ ਉਹਨਾਂ ਮੰਝਿਆਂ ਦੇ ਉੱਤੇ ਬੈਠਣ ਲੱਗ ਪਏ। ਇਸ ਅਹੰਕਾਰ ਜਿਹੜਾ ਸੀਗਾ ਉਹ ਸਾਰਾ ਪਰ ਗਿਆ। ਜਦ ਘਰ ਪਰ ਗਿਆ ਤੇ ਬੀਬੇ ਨਾਨਕੀ ਜੀ ਬੈਠੇ ਆ ਭਾਈਆ ਜੈ ਜੈ RAM ਜੀ ਬੈਠਿਆ ਸਾਰਾ ਪਰਿਵਾਰ ਬੈਠਾ ਹੈਗਾ। ਤੇ ਉਸ ਟਾਈਮ ਲਖਮੀ ਦਾਸ ਜੀ ਜਿਹੜੇ ਸੀਗੇ ਇਹ ਬਾਹਰੋਂ ਜਿਹੜੇ ਸੀ ਜਾਂ ਥੋੜਾ ਘੁੰਮ ਫਿਰ ਕੇ ਆਏ ਤੇ ਬੀਬੇ ਨਾਨਕੀ ਜੀ ਨੇ ਜਦੋਂ ਲਖਮੀ ਦਾਸ ਨੂੰ ਦੇਖਿਆ ਤੇ ਉਹਨੂੰ ਬਹੁਤ ਫੜ ਕੇ ਆਪਣੇ ਪਾਸ ਬਿਠਾ ਲਿਆ। ਬਿਠਾ ਲ ਕੇ ਕੁਝ ਟਾਈਮ ਜਿਹੜਾ ਸੀ ਉਹ ਲਾਡ ਪਿਆਰ ਕੀਤਾ। ਲਾਡ ਪਿਆਰ ਕਰਕੇ ਫਿਰ ਪੁੱਛਿਆ ਕਿ ਸ੍ਰੀਚਾਨ ਨਜ਼ਰ ਨਹੀਂ ਆਉਂਦੇ ਉਹ ਕਿਧਰ ਜਦ ਇੰਨੀ ਗੱਲ ਹੋਈ ਤੇ ਲਖਮੀ ਦੱਸ ਜਿੰਨੇ ਉਂਗਲੀ ਨਾਲ ਇਸ਼ਾਰਾ ਕੀਤਾ ਕਿ ਉਹ ਤਸਵੀਰ ਤੋਂ ਹੀ ਕੋਠੀ ਵਿੱਚ ਝੌਂਕੜਾ ਮਾਰ ਕੇ ਬੈਠੇ ਆ ਜਦ ਇੰਨੀ ਗੱਲ ਹੋਈ ਤੇ ਬੀਬੀ ਜੀ ਕਹਿਣ ਲੱਗੇ ਅੱਛਾ ਸوير ਤੋਂ ਬੈਠੇ ਆ ਪਰ ਕੋੜ ਹੀ ਧੰਗ ਗੁਰਨਾਨਕ ਸਾਹਿਬ ਮਾਰੇ ਦੀ ਜਿਹੜੀ ਸੱਸ ਮਾਤਾ ਜੀ ਸੀਗੇ ਉਹ ਬੋਲ ਉੱਠੇ ਉਹ ਕਹਿਣ ਲੱਗੇ ਕਿ ਜਿਹੋ ਜਿਹਾ ਪਿਓ ਦੀਆਂ ਆਦਤਾਂ ਸੀ ਉਹ ਜਿਹੀਆਂ ਆਦਤਾਂ ਇਸ ਨੂੰ ਸਿਖਾ ਗਿਆ ਹੈਗਾ ਫਿਰ ਉਹ ਵੀ ਤਾਂ ਸਾਰੀ ਸਹੀ ਰਾਤ ਝੌਂਕੜੇ ਮਾਰ ਕੇ ਬੈਠਾ ਰਹਿੰਦਾ ਸੀ ਇਹ ਪੁੱਤਰ ਕਿਹੜਾ ਘਟ ਹੈਗਾ ਇਹ ਵੀ ਸਾਰੇ ਸਾਰੇ ਰਾ ਚੌਂਕੜੇ ਮਾਰ ਕੇ ਬੈਠਾ ਰਹਿੰਦਾ ਹੈਗਾ ਤੇ ਨਾ ਕੋਈ ਦੀ ਬੋਲਦਾ ਹੈ ਨਾ ਚੱਲਦਾ ਹੈਗਾ ਅੱਜ ਕੱਲ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੀ ਉਮਰ ਜਿਹੜੀ ਆ ਉਹ ਖੇਡਣ ਦੀ ਹੁੰਦੀ ਆ ਪਰ ਇਸ ਨੂੰ ਇਸ ਤਰ੍ਹਾਂ ਦਾ ਹੈ ਹੀ ਨਹੀਂ ਜਦ ਚੰਦੋ ਰਾਣੀ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਬੇਬੇ ਨਾਨਕੀ ਜੀ ਨੂੰ ਕੁਝ ਮਨ ਦੇ ਵਿੱਚ ਜਿਹੜਾ ਸੀਗਾ ਉਹ ਇਤਰਾਜ਼ ਹੋਇਆ ਪਰ ਮੂੰਹੋਂ ਥੋੜਾ ਜਿਹਾ ਹਾਸਾ ਬੇਬੇ ਨਾਨਕੀ ਜਿਹੜੇ ਹੱਸ ਕੇ ਚੰਦੋ ਰਾਣੀ ਜੀ ਦੇ ਅੱਗੇ ਚੁੱਪ ਕੀਤੇ ਰਹੇ ਤੇ ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਤੇ ਮੰਨ ਤੇ ਆਇਆ ਕਿ ਮੈਂ ਆਪ ਜਾ ਕੇ ਖੁਦ ਨਾ ਬਾਬਾ ਸ਼੍ਰੀ ਚੰਦ ਨੂੰ ਦੇਖਾ ਉਸ ਤੋਂ ਬਾਅਦ ਤੇ ਜਦੋਂ ਬੀਬੇ ਨਾਨਕੀ ਜੀ ਉੱਠ ਕੇ ਬਾਬਾ ਸ਼੍ਰੀ ਚੰਦ ਦੀ ਕੋਠਲੀ ਆ ਲਗੇ ਤੇ ਮੋਰ ਇੱਕ ਭਾਈ ਕਮਲਿਆ ਬੈਠਾ ਸੀਗਾ ਭਾਈ ਕਮਲ ਜੀ ਨੇ ਇਸ਼ਾਰਾ ਕੀਤਾ ਕਿ ਭਾਈ ਉਹਨਾਂ ਨੂੰ ਇਸ ਤਰ੍ਹਾਂ ਸਮਾਧੀ ਚ ਬੈਠੇ ਰਹਿਣ ਦਿਓ ਪਰ ਜਿਉਂ ਹੀ ਬੀਬੇ ਨਾਨਕੀ ਜੀ ਨੇ ਪਰਦਾ ਚਾ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਦੇਖਿਆ ਤੇ ਬੀਬੇ ਨਾਨਕੀ ਜੀ ਨੂੰ ਆਪਣੇ ਵੀਰ ਦੀ ਯਾਦ ਆ ਗਈ ਕਿ ਕਿਵੇਂ ਉਹਨਾਂ ਦੇ ਵੀਰ ਵੀ ਤਲਵੰਡੀ ਵਿਖੇ ਜਦ ਰਾਤ ਹੁੰਦੀ ਸੀ ਸਾਰੀ ਰਾਤ ਇਸ ਤਰ੍ਹਾਂ ਹੀ ਅੰਦਰ ਸਮਾਧੀ ਲਾ ਕੇ ਬੈਠੇ ਰਹਿੰਦੇ ਸੀ ਉਸ ਤੋਂ ਬਾਅਦ ਫਿਰ ਬੀਬੇ ਨਾਨਕੀ ਜੀ ਦੇ ਆਪਣੇ ਵੀਰ ਧੰਗੁਰ ਨਾਨਕ ਸਾਹਿਬ ਦੇ ਪ੍ਰਤੀ ਜਿਹੜਾ ਸੀ ਬੜਾ ਪਿਆਰ ਤੇ ਬਹੁਤ ਜ਼ਿਆਦਾ ਪ੍ਰੇਮ ਅੰਦਰੋਂ ਪੈਦਾ ਹੋਇਆ। ਹੋਏ ਅੱਖਾਂ ਦੇ ਵਿੱਚ ਪਾਣੀ ਭਰ ਆਇਆ। ਬੀਬੇ ਨਾਨਕੀ ਜੀ ਨੇ ਆਪਣੀਆਂ ਅੱਖਾਂ ਨੂੰ ਸਾਫ਼ ਕੀਤਾ। ਸਾਫ਼ ਕਰਨ ਤੋਂ ਬਾਅਦ ਫਿਰ ਵਾਪਸ ਜਿਹੜੇ ਸੀ ਜਿਆਦਾ ਮੋੜ ਲੱਗੇ ਤੇ ਮਾਨੀ ਮਨ ਬਾਬਾ ਸ੍ਰੀ ਚੰਦ ਜੀ ਨੂੰ ਨਮਸਕਾਰ ਕੀਤੀ ਆਪਣੇ ਵੀਰ ਦੀ ਤਰ੍ਹਾਂ ਤੇ ਬਾਹਰ ਵੇੜੇ ਵਿੱਚ ਆ ਗਏ। ਜਦ ਵੇੜੇ 'ਚ ਆ ਗਏ ਇਸ ਤਰ੍ਹਾਂ ਜਿਹੜੀਆਂ ਆ ਲਗਵਾਂਡਣਾਂ ਜਿਹੜੀਆਂ ਸੀਗੀਆਂ ਇਸ ਤਰ੍ਹਾਂ ਦੀਆਂ ਸੰਸਾਰੀ ਗੱਲਾਂ-ਬਾਤਾਂ ਸਾਰਾ ਪਰਿਵਾਰ ਕਰਦਾ ਹੋਇਆ ਮੁੜ ਕੇ ਆਪੋ ਆਪਣੀ ਕਮਾਕਾਰਾਂ ਬਹਾਰਾਂ ਦੇ ਵਿੱਚ ਜਿਹੜਾ ਸੀਗਾ ਉਹ ਜੁੱਟ ਪਿਆ ਤੇ ਭਾਈ ਮੂਲ ਚੰਦ ਜੀ ਜਿਹੜੇ ਸੀਗੇ ਉਹ ਆਪਣੇ ਕਮਰੇ 'ਚ ਚਲੇ ਗਏ ਤੇ ਉੱਥੇ ਭਾਈ ਮੂਲ ਚੰਦ ਨੂੰ ਮਿਲਣ ਵਾਲੇ ਜਿਹੜੇ ਕਿ ਰੁਸਾਨ ਜ਼ਿਮੀਂਦਾਰ ਸੀ ਉਹ ਹੁਣੇ ਸ਼ੁਰੂ ਹੋ ਗਏ ਤੇ ਇਸ ਤਰ੍ਹਾਂ ਦੀਆਂ ਕਾਰੋਬਾਰੀਆਂ ਗੱਲਾਂ ਹੋਣ ਲੱਪੀਆਂ ਤੇ ਭਾਈ ਜੈ ਰਾਮ ਜੀ ਜਿਹੜੇ ਸੀ ਬੈਠ ਕੇ ਭਾਈ ਮੂਲ ਚੰਦ ਦੀ ਇਹਨਾਂ ਕਾਰੋਬਾਰੀਆਂ ਗੱਲਾਂ 'ਚ ਸਾਥ ਦੇਣ ਲੱਗੇ ਇਸ ਤਰ੍ਹਾਂ ਕਰਦੇ ਕਰਦੇ ਜਦ 2-4 ਦਿਨ ਬੀਤੇ ਤੇ 2-4 ਦਿਨਾਂ ਬਾਅਦ ਫਿਰ ਸਾਰਾ ਪਰਿਵਾਰ ਜਦ ਵਿਹੜੇ 'ਚ ਬੈਠਾ ਸੀਗਾ ਤੇ ਬੱਬਾ ਸ੍ਰੀ ਚੰਦ ਜੀ ਅਚਾਨਕ ਉੱਠੇ ਉੱਠ ਕੇ ਸਿੱਧੇ ਜਦ ਵਿਹੜੇ 'ਚ ਆਏ ਤੇ ਜਿਉਂ ਹੀ ਸਾਰਿਆਂ ਦੀ ਨਜ਼ਰ ਪਈ ਤੇ ਉਸ ਟਾਈਮ ਫਿਰ ਬੀਬੀ ਚੰਦੂ ਰਾਣੀ ਜੀ ਨੇ ਉੱਚੀ ਦੇਣੀ ਆਖ ਦਿੱਤਾ ਕਹਿੰਦੇ ਲਓ ਆਹ ਦੇਖ ਲਓ ਇਹ ਨਾਨਕ ਦਾ ਪੁੱਤਰ ਤੇ ਸਖਣੀ ਦਾ ਧਲਾਰਾ ਆ ਗਿਆ ਹੈਗਾ 4 ਦਿਨ ਹੋ ਗਏ ਭੁੱਖੇ ਪਾਣੇ ਅੰਦਰ ਬਿਠੇ ਨੂੰ ਨਾ ਕੁਝ ਖਾਂਦਾ ਹੈ ਨਾ ਪੀਂਦਾ ਹੈਗਾ ਇਹਨੂੰ ਪਰਵਾਹ ਥੋੜੋ ਇਹਨੂੰ ਇਹ ਨਹੀਂ ਪਤਾ ਕਿ ਕੌਣ ਘਰ ਆਇਆ ਕੌਣ ਗਿਆ ਹੈਗਾ ਜਦ ਇਸ ਤਰ੍ਹਾਂ ਦੀਆਂ ਗੱਲਾਂ ਮਾਤਾ ਚੰਦੂ ਰਾਨੀ ਜੀ ਨੇ ਕੀਤੀਆਂ ਤੇ ਫਿਰ ਮਾਤਾ ਸਿ ਲਖਣੀ ਜੀ ਕਹਿਣ ਲੱਗੇ ਕਿਨੇ ਮਾਤਾ ਜੀ ਇਸ ਤਰ੍ਹਾਂ ਤੁਸੀਂ ਨਾ ਗੱਲਾਂ ਕਰਿਆ ਕਰੋ ਜੋ ਮੇਰੇ ਸਵਾਮੀ ਪਤੀ ਧੰਗ ਗੁਰਨਾਨਕ ਸਾਹਿਬ ਕਹਿ ਗਏ ਆ ਕਿ ਇਹ ਬਹੁਤ ਤੇਜ ਪ੍ਰਤਾਪੀ ਚਰਜੀਵੀ ਮਹਾਤਮਾ ਹੋਣਗੇ ਤੇ ਆਪਣਾ ਪੰਥ ਚਲਾਉਣਗੇ ਜਦ ਇਨੀ ਗੱਲ ਹੋਈ ਤੇ ਫਿਰ ਚੰਦੂ ਰਾਣੀ ਜੀ ਕਹਿਣ ਗਏ ਹਾਂ ਉਹ ਵੀ ਤੇਰੇ ਪਤੀ ਵਾਂਗੂ ਬਾਹਰ 8 8 ਦਾ 10 ਸਾਲ ਹੋ ਗਏ ਪਿੱਛੇ ਨਹੀਂ ਮੁੜਦੇ ਤੇ ਇਹ ਵੀ ਜਦ ਨਿਕਲੂਗਾ ਪੰਥ ਚਲਾਉਣ ਇਹਨੇ ਕਿਹੜਾ ਘਰ ਆਉਣਾ ਹੈਗਾ ਜਦ ਇਸਤਰੀਆਂ ਗੱਲਾਂ ਕੀਤੀਆਂ ਤੇ ਫਿਰ ਬੇਬੇ ਨਾਨਕ ਜੀ ਕਹਿਣ ਲੱਗੇ ਕਿ ਹਾਂ ਭਈ ਮੁਕੱਲਾ ਮਾਤਾ ਸੁਲਖਣੀ ਜੀ ਦਾ ਨਹੀਂ ਹੈ ਇਹਨੂੰ ਤਾਂ ਬਾਬਾ ਨਾਨਕ ਮੇਰੀ ਵੀ ਝੋਲੀ ਪਾ ਗਿਆ ਹੈਗਾ ਤੇ ਜਦ ਇੰਨੀ ਗੱਲ ਹੋਈ ਤਾਂ ਫਿਰ ਚੰਦੂ ਰਾਣੀ ਜੀ ਕਹਿਣ ਲੱਗੇ ਹਾਂ ਉਹ ਤਾਂ ਮੈਂ ਜਾਣਦੀ ਆ ਕਿ ਜਿਵੇਂ ਤੇਰੇ ਵੀਰ ਨੇ ਤੇਰੇ ਮਾਤਾ ਪਿਤਾ ਦਾ ਖਿਆਲ ਰੱਖਿਆ ਹੈ ਇਸੇ ਤਰ੍ਹਾਂ ਹੀ ਵੀ ਵੱਡਾ ਹੋ ਕੇ ਤੇਰਾ ਖਿਆਲ ਰੱਖੂਗਾ ਜਦ ਇਸ ਤਰ੍ਹਾਂ ਦੀਆਂ ਕੁਛਤ ਰਾਜ ਦੀਆਂ ਗੱਲਾਂ ਕੀਤੀਆਂ ਤੇ ਬੀਬੇ ਨਾਨਕੀ ਜੀ ਫੇ ਚੁੱਪ ਕਰ ਰਹੇ ਉਸ ਤੋਂ ਬਾਅਦ ਜਦ ਬੱਬਾ ਸ੍ਰੀ ਚੰਦ ਜੀ ਜਿਹੜੇ ਸਗੇ ਉਹ ਬਾਹਰ ਆਏ ਤੋ ਉਸ ਤੋਂ ਬਾਅਦ ਬੀਬੇ ਨਾਨਕ ਜੀ ਉੱਠੀ ਸ੍ਰੀ ਚੰਦ ਜੀ ਨੂੰ ਕਹਿਣ ਲੱਗੇ ਕਿ ਆਓ ਸਭ ਤੋਂ ਪਹਿਲਾਂ ਤੁਹਾਨੂੰ ਇਸ਼ਨਾਨ ਕਰਾ ਦਈਏ ਤੇ ਫਿਰ ਬੀਬੇ ਜੀ ਨੇ ਜਿਹੜਾ ਸੀ ਉਹ ਪਾਣੀ ਦੀ ਬਾਲਟੀ ਬਾਬਾ ਸ੍ਰੀ ਚੰਦ ਜੀ ਲਈ ਭਰ ਕੇ ਰੱਖ ਦਿੱਤੀ ਤੇ ਬਾਬਾ ਸ੍ਰੀ ਚੰਦ ਜੀ ਨੇ ਇਸ਼ਨਾਨ ਕੀਤਾ ਨਵੇਂ ਕੱਪੜੇ ਪਾਣੇ ਉਸ ਤੋਂ ਬਾਅਦ ਬੜੇ ਪ੍ਰੇਮ ਦੇ ਨਾਲ ਬਾਬਾ ਸ੍ਰੀ ਚੰਦ ਜੀ ਨੂੰ ਬੀਬੇ ਨਾਨਕੀ ਨੇ ਪ੍ਰਸ਼ਾਦਾ ਛਕਾਇਆ ਜਦ ਪ੍ਰਸ਼ਾਦਾ ਛਕ ਕੇ ਹਟੇ ਤੇ ਆਣ ਗਵਾਂ ਦੇ ਜਿੰਨੀ ਵੀ ਹੋਰ ਬੀਬੀਆਂ ਜਿਹੜੀਆਂ ਸੀ ਉਹ ਵੀ ਸਾਰੀਆਂ ਆਣ ਕੇ ਜਦੇ ਬਿਹੜੇ ਤੇ ਬੈਠ ਗਈਆਂ ਤੇ ਬੇਬੇ ਨਾਨਕੀ ਜੀ ਨੇ ਬਾਬਾ ਸਿਰੀ ਚੰਦ ਜੀ ਬਲ ਤੱਕਿਆ ਤੇ ਕਹਿਣ ਲੱਗੇ ਕਿ ਮੈਂ ਸੁਣਿਆ ਹੈਗਾ ਕਿ ਤੁਸੀਂ ਕੁਝ ਗਿਆਨ ਗੋਸ਼ਟੀਆਂ ਗੱਲਾਂ ਵੀ ਕਰ ਲੈਂਦੇ ਹੋ ਤੇ ਤੁਸੀਂ ਮੇਰੇ ਸਵਾਲਾਂ ਦੇ ਵੀ ਕੁਝ ਜਵਾਬ ਹੈਗੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆ ਜਦ ਇੰਨੀ ਗੱਲ ਹੋਈ ਤੇ ਬਾਬਾ ਸਿਰੀ ਚੰਦ ਜੀ ਮੁਸਕਰਾਪੇ ਕਿਤੇ ਕਹਿਣ ਲੱਗੇ ਪੂਆ ਜੀ ਹਜੇ ਸਵਾਲਾਂ ਦੀ ਕੋਈ ਕਮੀ ਆ ਤੁਸੀਂ ਤਾਂ ਆਪ ਗਿਆਨ ਦੇ ਸਾਗਰ ਹੋ ਤੁਸੀਂ ਨੇ ਆਪ ਮੇਰੇ ਪਿਤਾ ਗੁਰਨਾਨਕ ਸਾਹਿਬ ਪਾਸੋਂ ਜਿੰਨੇ ਵੀ ਸਵਾਲ ਪੁੱਛਿਆ ਸਾਰਿਆਂ ਦੇ ਜਵਾਬ ਆ ਗਏ ਜੇ ਤੁਹਾਨੂੰ ਤਸੱਲੀ ਨਹੀਂ ਹੋਈ ਜੋ ਮੈਨੂੰ ਪੁੱਛਣਾ ਚਾਹੁੰਦੇ ਆ ਜਿਵੇਂ ਇਸ ਤਰ੍ਹਾਂ ਦੀਆਂ ਗੱਲਾਂ ਬਤਾ ਹੋਈਆਂ ਤੇ ਸਾਰੇ ਵੀੜੇ ਵਿੱਚ ਬੈਠਾ ਪਰਿਵਾਰ ਜਿਹੜਾ ਸੀ ਉਹ ਹੱਸਣ ਲੱਗ ਪਿਆ ਇਹ ਹੱਸਣ ਲੱਗ ਪਿਆ ਤੇ ਬੇਬੇ ਨਾਨਕੀ ਜੀ ਤੇ ਭਾਈ ਜੈ ਆਰਮ ਜੀ ਜਿਹੜੇ ਸੀ ਉਹ ਵੀ ਕੋਲ ਬੈਠ ਗਏ ਉਹ ਕਹਿਣ ਲੱਗੇ ਨਹੀਂ ਅਸੀਂ ਵੀਰ ਤੋਂ ਤਾਂ ਸਵਾਲ ਤਾਂ ਪੁੱਛਦੇ ਰਹਿੰਦੇ ਪਰ ਅੱਜ ਤੇ ਤੋ ਜ਼ਰੂਰ ਪੁੱਛਾਂਗੇ ਜਦ ਇੰਨੀ ਗੱਲ ਹੋਈ ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਚਲੋ ਠੀਕ ਆ ਜੇ ਢੱਡੀ ਇਸ ਤਰ੍ਹਾਂ ਹੀ ਮਰਜੀ ਹੈ ਤੇ ਤੁਸੀਂ ਇਸ ਤਰ੍ਹਾਂ ਹੀ ਪੁੱਛ ਲਓ ਫਿਰ ਬੇਬੇ ਨਾਨਕ ਜੀ ਨੇ ਜਿਹੜਾ ਪਹਿਲਾ ਸਵਾਲ ਆਪਣੇ ਪੁੱਤਰ ਗੋਦ ਲੈ ਨੂੰ ਬਾਬਾ ਸ੍ਰੀ ਚੰਦ ਜੀ ਦੇ ਅੱਗੇ ਜਿਹੜਾ ਸੀਗਾ ਉਹ ਬੈਠ ਕੇ ਇਹ ਪੁੱਛਿਆ ਤੇ ਮਾਤਾ ਜੀ ਕਹਿਣ ਲੱਗੇ ਕਿ ਹਾਂ ਸਾਨੂੰ ਵੀ ਤੁਸੀਂ ਇਹ ਦੱਸੋ ਕਿ ਉਤਮ ਪੁਰਸ਼ ਕੌਣ ਹੈ ਜਦ ਬੇਬੇ ਨਾਨਕ ਜੀ ਨੇ ਇਹ ਪ੍ਰਸ਼ਨ ਜਿਹੜਾ ਬਾਬਾ ਸ੍ਰੀ ਚੰਦ ਜੀ ਨੂੰ ਪਹਿਲਾਂ ਕੀਤਾ ਤੇ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ ਕਹਿਣ ਲੱਗੇ ਸੰਸਾਰ ਚ ਉੱਤਮ ਪੁਰਸ਼ ਉਹ ਹੀ ਆ ਜਿਹੜੇ ਆਪਣੀ ਬਰਿਆਈ ਨੂੰ ਛੱਡ ਕੇ ਦੂਸਰਿਆਂ ਦਾ ਭਲਾ ਲੋਚਦੇ ਆ ਔਰ ਪਰਪਕਾਰੀ ਜੀਵਨ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਦੇ ਆ ਜਦ ਇਹ ਤੁਰ ਸੁਣਿਆ ਤਾਂ ਸਾਰਾ ਆਡੂਗੜ ਜਿਹੜਾ ਸੀ ਬੜਾ ਹੈਰਾਨ ਹੋ ਗਿਆ ਤੇ ਫਿਰ ਦੂਸਰਾ ਬਚਨ ਜਿਹੜਾ ਸੀਗਾ ਉਹ ਭਾਈ ਦਾ ਜੈਰਾਮ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਇਹ ਪੁੱਛਿਆ ਉਹ ਕਹਿਣ ਲੱਗੇ ਸਾਨੂੰ ਇਹ ਦੱਸੋ ਕਿ ਬੰਦਰਾਂ ਤੋਂ ਰਹਿਤ ਕਿਵੇਂ ਹੋਈਦਾ ਹੈ ਜਦ ਇਨੀ ਗੱਲ ਹੋਈ ਤਾਂ ਫਿਰ ਬਾਬਾ ਸ੍ਰੀ ਚੰਨ ਜੀ ਕਹਿਣ ਲੱਗੇ ਕਹਿੰਦੇ ਫੁੱਫੜ ਜੀ ਬੰਦਨਾ ਤੋਂ ਰਹਿਤ ਅਸੀਂ ਉਦੋਂ ਹੋ ਸਕਦੇ ਆ ਜਦੋਂ ਅਸੀਂ ਆਪਣੀਆਂ ਵਾਸ਼ਨਾਵਾਂ ਤੇ ਕਾਬੂ ਕਰ ਲਈਏ ਆਪਣੀ ਵਾਸ਼ਨਾ ਨੂੰ ਜਿੱਤ ਲਈਏ ਤੇ ਜਦੋਂ ਸਾਡੀਆਂ ਵਾਸ਼ਰਾਮ ਜਿਹੜੀਆਂ ਹੈਗੀਆਂ ਉਹ ਜਿੱਤੀਆਂ ਗਈਆਂ ਸਰ ਹੋ ਗਈਆਂ ਤਾਂ ਫਿਰ ਭਾਈ ਅਸੀਂ ਸਾਰੇ ਬੰਦਨਾ ਤੋਂ ਰਹਿਤ ਹੋ ਜਾਵਾਂਗੇ ਜਦ ਇਨੀ ਗੱਲ ਹੋਈ ਤੇ ਕੋਲ ਬੈਠੇ ਇੱਕ ਹੋਰ ਪ੍ਰੇਮੀ ਨੇ ਬਾਬਾ ਸ੍ਰੀ ਚੰਨ ਨੂੰ ਪੁੱਛਿਆ ਕਿ ਵਾਸ਼ਨਾ ਤੋਂ ਰਹਿਤ ਕਿਵੇਂ ਹੋਈਦਾ ਹੈ ਤੇ ਫਿਰ ਬਾਬਾ ਸ੍ਰੀ ਚੰਨ ਜੀ ਨੇ ਆਖਿਆ ਸੀ ਕਹਿੰਦੇ ਭਾਈ ਆਪਣਾ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਇਤ ਆਦਿਕ ਇਹਦੇ ਸੁੱਧ ਸਰੂਪ ਨੂੰ ਪਛਾਨਣਾ ਇਹ ਹੀ ਵਾਸ਼ਨਾ ਤੋਂ ਮੁਕਤ ਹੋਣਾ ਹੈਗਾ ਇਸ ਤੋਂ ਬਾਅਦ ਪੇ ਸਾਰਾ ਪਰਿਵਾਰ ਜਿਹੜਾ ਸੀ ਬੜਾ ਖੁਸ਼ ਹੋਇਆ ਤੇ ਫਿਰ ਬੇਬਾਨਾਨ ਕੀ ਜਨੇ ਇੱਕ ਹੋਰ ਪ੍ਰਸ਼ਨ ਕੀਤਾ ਕਹਿਣ ਲੱਗੇ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੇ ਪਖੀਰ ਲੋਕੀ ਹੈਗੇ ਉਹ ਸੁਖੀ ਕਿਵੇਂ ਰਹਿ ਸਕਦੇ ਆ ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਸ੍ਰੀ ਚੰਗੇ ਨੇ ਜਵਾਬ ਦਿੱਤਾ ਕਿ ਜਿਹੜੇ ਪਖੀਰ ਲੋਕੀ ਮਨ ਬਾਣੀ ਦੇ ਜਿਹੜੇ ਇੰਦਰੇ ਆ ਇਹਨਾਂ ਤੇ ਕਾਬੂ ਕਰਕੇ ਆਪਣੇ ਆਪ ਨੂੰ ਜੀਵਨ ਦੇ ਵਿੱਚ ਸੁਖੀ ਬਣਾ ਸਕਦੇ ਆ ਜਦ ਇਹ ਗੱਲ ਹੋਈ ਤਾਂ ਫਿਰ ਮਾਤਾ ਸਲਖਣੀ ਜੀ ਨੇ ਜੀ ਵੀ ਇੱਕ ਸਵਾਲ ਜਿਹੜਾ ਸੀਗਾ ਆਪਣੇ ਪੁੱਤਰ ਨੂੰ ਕੀਤਾ ਕਹਿਣ ਲੱਗੇ ਪੁੱਤਰ ਜੀ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਮੋਹ ਹੈਗਾ ਇਹ ਚੰਗਾ ਹੈ ਜਾਂ ਮੰਦਾ ਹੈ ਜਦ ਇੰਨੀ ਗੱਲ ਹੋਈ ਤਾਂ ਬੱਪਾ ਸ੍ਰੀਚੰਨ ਜਿਹੜੇ ਕੁਛ ਮੁਸਕਰਾਏ ਤੇ ਕਹਿਣ ਲੱਗੇ ਮਾਤਾ ਜੀ ਜਿਹੜੇ ਸੰਸਾਰੀ ਵਿਵਹਾਰਿਕ ਲੋਕੀ ਆ ਉਹਨਾਂ ਵਾਸਤੇ ਜਿਹੜਾ ਮੋਹ ਹੈਗਾ ਉਹ ਕੁਝ ਟਾਈਮ ਵਾਸਤੇ ਬਿਲਕੁਲ ਠੀਕ ਹੈਗਾ ਕਿਉਂ ਮੋਹ ਦੇ ਨਾਲ ਸਾਰੇ ਸੰਸਾਰ ਦਾ ਕਿਆਰ ਬਿਹਾਰ ਚੱਲਦਾ ਹੈਗਾ ਪਰ ਜਿਹੜੇ ਪਰਮਾਰਥ ਦੇ ਰਸਤੇ ਦੇ ਉੱਤੇ ਸਾਧੂ ਸੰਤੇ ਤੁਰਦੇ ਆ ਉਹਨਾਂ ਵਾਸਤੇ ਮੋਹ ਦਖਦਾਈ ਹੋ ਜਾਂਦਾ ਕਿਉਂਕਿ ਅਗਰ ਉਹ ਮੋਹ ਦੇ ਗਲਤਾਨ ਦੇ ਜਾਲ ਦੇ ਵਿੱਚ ਫਸ ਜਾਣ ਤੇ ਇਸ ਕਰਕੇ ਉਹਨਾਂ ਦਾ ਮਨ ਮਾੜਾ ਹੋ ਜਾਂਦਾ ਜਦ ਮਨ ਮਾੜਾ ਹੋ ਗਿਆ ਤੇ ਫਿਰ ਇਹ ਜਿਹੜਾ ਮਾੜਾ ਮਨ ਹੈਗਾ ਇਸ ਮਾਲੇ ਮਨ ਦੇ ਵਿੱਚ ਵਾਹਿਗੁਰੂ ਦੀ ਪ੍ਰੀਤੀ ਨਹੀਂ ਟਿਕਦੀ ਨਹੀਂ ਠਹਿਰਦੀ ਜਦ ਇਹ ਜਿਹੜਾ ਜਵਾਬ ਸੀਗਾ ਬਾਬਾ ਸ਼੍ਰੀ ਚਾਂਜੀ ਨੇ ਮਾਤਾ ਸਲਖਣੀ ਜੀ ਨੂੰ ਦਿੱਤਾ ਤੇ ਫਿਰ ਮਾਤਾ ਸਲਖਣੀ ਵੀ ਜਿਹੜੇ ਸੀ ਉਹ ਚੁੱਪ ਕਰ ਗਏ ਇਸ ਤਰ੍ਹਾਂ ਕਰਦੇ ਕਰਦੇ ਸਵਾਲਾਂ ਦਾ ਜਿਹੜਾ ਸਿਲਸਿਲਾ ਸੀਗਾ ਇਹ ਕਾਫੀ ਢੇਰ ਚੱਲਦਾ ਰਿਹਾ ਕੋ ਸਵਾਲ ਜਿਹੜੇ ਸੀ ਉਹ ਆਣਗੋਣ ਬੀਬੀਆਂ ਨੇ ਵੀ ਬਾਬਾ ਸ਼੍ਰੀ ਚਾਂਜੀ ਨੂੰ ਕੀਤੇ ਬਾਬਾ ਸ਼੍ਰੀ ਚਾਂਜੀ ਨੇ ਸਭ ਦੀ ਜਿਹੜੀ ਸੀ ਤਸੱਲੀ ਕਰਾ ਦਿੱਤੀ ਜਾਂ ਸਭ ਦੀ ਤਸੱਲੀ ਕਰਾਈ ਤਾਂ ਸਾਰੇ ਜਿਹੜੇ ਸੀ ਚੁੱਪ ਕਰ ਗਏ ਇਹਨਾਂ ਸਵਾਲਾਂ ਦੇ ਵਿੱਚ ਦਾਸੀ ਤુલਸੀ ਜੀ ਤੇ ਭਾਈਆ ਜੈ ਰਾਮ ਜੀ ਜਿਹੜੇ ਦੋ ਨੌਕਰ ਸੀ ਉਹ ਵੀ ਬੈਠੇ ਹੋਏ ਸੀ ਤੇ ਪ੍ਰੇਮੋ ਮੈਰੀ ਜਿਹੜੀ ਟੈਲੈਂਟ ਸੀ ਇਹ ਵੀ ਬੈਠੀ ਹੋਈ ਸੀਗੀ ਟੈਲੈਂਟ ਜਿਹੜੀ ਭਾਗ ਭਰੀ ਇਹ ਵੀ ਬੈਠੀ ਹੋਈ ਸੀ ਗੱਲ ਕੀ ਆ ਸਾਰਾ ਪਰਿਵਾਰ ਜਿਹੜਾ ਸੀ ਉਹ ਜੁੜਿਆ ਹੋਇਆ ਸੀਗਾ ਉਸ ਤੋਂ ਬਾਅਦ ਜਾਂ ਜਿਹੜਾ ਸੀ ਇਹਨਾਂ ਸਵਾਲਾਂ ਦੇ ਜਵਾਬਾਂ ਤੇ ਸਾਰੇ ਜਿਹੜੇ ਜੀ ਸੀ ਸੈਂਟ ਟਵਿਸਟ ਹੋ ਗਏ ਤੇ ਫਿਰ ਸਾਰਿਆਂ ਨੂੰ ਆਪੋ ਆਪਣੇ ਕੰਮ ਕਰਨ ਦਾ ਜਿਹੜਾ ਸੀ ਖਿਆਲ ਆਇਆ ਸਾਰੇ ਉੱਠ ਕੇ ਆਪ ਆਪਣੇ ਘਰਾਂ ਨੂੰ ਚੱਲ ਗਏ ਤੇ ਬਾਬਾ ਸ਼੍ਰੀ ਚੰਦ ਜੀ ਵੀ ਜਿਹੜੇ ਸੀਗੇ ਉਹ ਭਾਈ ਕਮਲਿਆ ਨੂੰ ਨਾਲ ਲੈ ਕੇ ਕਹਿਣ ਲੱਗੇ ਕਿ ਅਸੀਂ ਵੀ ਥੋੜੀ ਜਿਹੀ ਸੈਰ ਕਰੀ ਆਈਏ ਉਸ ਤੋਂ ਬਾਅਦ ਭਾਈ ਕਮਲਿਆ ਜੀ ਦੇ ਨਾਲ ਸੇ ਬਾਬਾ ਸ਼੍ਰੀ ਚੰਦ ਜਿਹੜੇ ਸਗੇ ਉਹ ਬਾਹਰ ਆਕਾਨ ਦੇ ਵਿੱਚ ਘੁੰਮਣ ਫਿਰਨ ਚਲੇ ਗਏ ਇਸ ਤਰ੍ਹਾਂ ਕਰਦੇ ਕਰਦੇ ਇਹ ਜਿਹੜਾ ਸੋਮਾ ਸੀਗਾ ਬੜਾ ਸੋਹਣਾ ਬੀਜ ਆ ਗਿਆ ਜਾਂ ਸੋਹਣਾ ਬੀਜ ਦਿਆ ਗਿਆ ਤੇ ਫਿਰ ਕੁਛ ਦਿਨ ਰਹਿ ਕੇ ਤੇ ਫਿਰ ਬੇਬੇ ਨਾਨਕੀ ਜੀ ਨੇ ਬੀਬੀ ਚੰਦੁਰਾਣੀ ਜੀ ਨੂੰ ਇਹ ਆਖਿਆ ਕਹਿੰਦੇ ਮਾਤਾ ਜੀ ਹੁਣ ਕਾਫੀ ਦਿਨ ਹੋ ਗਿਆ ਅਸੀਂ ਆਪ ਜੀ ਦੇ ਇੱਥੇ ਬੈਠ ਬੈਠੇ ਹੋਏ ਆਂ ਸਾਨੂੰ ਪਿੱਛੇ ਵੀ ਆਪਣੇ ਸੁਲਤਾਨਪੁਰ ਦੇ ਸਾਰਾ ਘਰ ਦਾ ਚੇਤਾ ਆਉਂਦਾ ਹੈਗਾ ਤੇ ਸਾਡਾ ਕੰਮਕਾਰ ਵੀ ਜਿਹੜਾ ਹੈਗਾ ਉਹ ਜੂੰਦਾ ਤਿਉਂ ਖੜਾ ਹੈਗਾ ਇਸ ਕਰਕੇ ਤੁਸੀਂ ਸਾਨੂੰ ਆਗਿਆ ਦਿਓ ਕਿ ਅਸੀਂ ਵਾਪਸ ਸੁਲਤਾਨਪੁਰੇ ਚਲੇ ਜਾਈਏ ਜਿਵੇਂ ਇਹੋ ਹੀ ਗੱਲ ਜਿਹੜੀ ਸੀ ਭਾਈ ਜੈ ਰਾਮ ਜੀ ਨੇ ਆਖੀ ਸੀ ਤਫੇਰ ਉਸ ਟਾਈਮ ਜਿਹੜਾ ਮੂਲਜੰਦ ਖਤਰੀ ਸੀ ਉਹ ਕਹਿਣ ਲੱਗਾ ਕਿ ਸਾਡਾ ਦਿਲ ਤਾਂ ਨਹੀਂ ਕਰਦਾ ਕਿ ਤੁਹਾਨੂੰ ਉਸੇ ਸੁਲਤਾਨਪੁਰ ਭੇਜ ਦਈਏ ਪਰ ਫਿਰ ਵੀ ਅਗ ਟਾਡੀ ਜਿਆਦਾ ਮਜਬੂਰੀ ਆ ਤੇ ਅਸੀਂ ਤੁਹਾਨੂੰ ਰੋਕ ਵੀ ਨਹੀਂ ਸਕਦੇ ਜਦ ਇਸ ਤਰੀਕੇ ਗੱਲਾਂ ਬਤਾ ਕੀਤੀਆਂ ਤੇ ਉਸ ਤੋਂ ਬਾਅਦ ਫਿਰ ਜਿਆਦਾ ਤਿਆਰੀ ਫੜੇਗੇ ਸੁਲਤਾਨਪੁਰ ਵਾਪਸ ਜਾਣ ਦੇ ਫਿਰ ਬੀਬੇ ਨਾਨਕੀ ਜੀ ਨੇ ਮਾਤਾ ਚੰਦੂ ਰਾਨੀ ਜੀ ਨੂੰ ਆਖਿਆ ਕਿ ਤੁਸੀਂ ਪਰਜਾਈ ਮਾਤਾ ਸਲਖਣੀ ਜੀ ਤੇ ਲਖਮੀ ਦਾਸ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਤੁਸੀਂ ਸਾਡੇ ਨਾਲ ਉੱਥੇ ਸੁਲਤਾਨਪੁਰ ਭੇਜ ਦਿਓ ਜਦ ਇੰਨੀ ਗੱਲ ਹੋਈ ਤੇ ਫਿਰ ਚੰਦੋ ਰਾਣੀ ਜੀ ਕਹਿਣ ਲੱਗੇ ਬਈ ਜਦ ਤੱਕ ਤੇਰਾ ਬੀਰ ਨਾਨਕ ਨਹੀਂ ਆਉਂਦਾ ਜਦੋਂ ਆਊਗਾ ਫਿਰ ਉਹ ਖੁਦ ਸਲਖੜੀ ਨੂੰ ਨਾਲ ਲੈ ਕੇ ਆਪਣੇ ਘਰ ਜਾਊਗਾ ਜਦ ਤੱਕ ਉਹ ਨਹੀਂ ਆਉਂਦਾ ਤਦ ਤੱਕ ਸਲਖੜੀ ਸਾਡੇ ਪਰਿਵਾਰ 'ਚ ਰਹੋਗੇ ਤੇ ਜਦ ਇੰਨੀ ਗੱਲ ਹੋਈ ਤੇ ਫਿਰ ਬੇਬੇ ਜੀ ਚੁੱਪ ਘਾਰ ਰਹੇ ਤੇ ਫਿਰ ਬੇਬੇ ਜੀ ਕਹਿਣ ਲੱਗੇ ਚਲੋ ਅਗਰ ਨਹੀਂ ਹੈ ਤਾਂ ਤੁਸੀਂ ਦੋਨੇ ਸੋਹਣੇ ਬੱਚਿਆਂ ਨੂੰ ਭੇਜ ਦਿਓ ਜਦ ਇੰਨੀ ਗੱਲ ਹੋਈ ਤਾਂ ਫਿਰ ਨਾਨਾ ਮੋਹਨ ਚੰਦ ਜੀ ਕਹਿਣ ਲੱਗੇ ਕਿ ਅਗਰ ਦੋਨੇ ਚਲੇ ਗਏ ਤਾਂ ਫਿਰ ਮੇਰੀ ਤੀਸ ਰਖਣੀ ਦਾ ਦਿਲ ਘਰ ਕੇ ਵੀ ਲੱਗੂਗਾ ਇਸ ਕਰਕੇ ਤੁਸੀਂ ਇੱਕ ਨੂੰ ਲੈ ਜਾਓ ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਸ਼ਰੀ ਚੰਦ ਜੀ ਕਹਿਣ ਲੱਗੇ ਕਿ ਮੈਂ ਸultanpur ਜਾਵਾਂਗਾ ਕਿਉਂਕਿ ਮੇਰੇ ਦੋਸਤ ਜਿਹੜੇ ਬਚਪਨ ਦੇ ਆ ਉਹ ਮੈਨੂੰ ਜਿਹੜੇ ਆ ਉਹ ਵੀ ਯਾਦ ਕਰਦੇ ਆ ਮੈਨੂੰ ਵੀ ਕਈ ਵਾਰੀ ਉਹਨਾਂ ਦੀ ਯਾਦ ਆਉਂਦੀ ਆ ਜੇ ਇਸ ਤਰ੍ਹਾਂ ਦੇ ਬਚਨ ਬਲਾਸ ਹੋਏ ਤੇ ਬਾਬਾ ਸ਼ਰੀ ਚੰਦ ਜੀ ਜਿਹੜੇ ਸੀਗੇ ਫਿਰ ਬੇਬੇ ਨਾਨਕੀ ਜੀ ਦੇ ਨਾਲ ਸultanpur ਜਾਣ ਵਾਸਤੇ ਤਿਆਰ ਹੋ ਗਏ ਉਸ ਤੋਂ ਬਾਅਦ ਫਿਰ ਜਾਦ ਸਾਰੇ ਨੇ ਤਿਆਰੀ ਫੜ ਲਈ ਤਾਂ ਫਿਰ ਇੱਕ ਜਿਹੜਾ ਸਗਾ ਉਹ ਘੋੜਾ ਤਾਂਗਾ ਮੰਗਾਇਆ ਗਿਆ ਉਸ ਘੋੜੇ ਉੱਤੇ ਬੈਠ ਕੇ ਤੇ ਸਾਰਾ ਪਰਿਵਾਰ ਜਿਹੜਾ ਸਗਾ ਫਿਰ ਕੁਛ ਨੁੱਕਰ ਜਿਹੜੇ ਭਾਈ ਮੂਲ ਚੰਦ ਜੀ ਨੇ ਭੇਜੇ ਬੇਬੇ ਨਾਨਕੀ ਭਾਈਆ ਜੈਰਾਮ ਜੀ ਤੇ ਇਹਨਾਂ ਦੇ ਜਿਹੜੇ ਹੋਰ ਕਾਮੇ ਪ੍ਰੇਮੀ ਸੀ ਉਹਨਾਂ ਨੂੰ ਸਲਤਾਨਪੁਰ ਛੱਡਣ ਵਾਸਤੇ ਤੇ ਨਾਲ ਕਿਉਂਕਿ ਬਾਬਾ ਸ਼ਰੀ ਚੰਦ ਜੀ ਦੀ ਉਮਰ ਉਸ ਟਾਈਮ ਤਕਰੀਬਨ 11 ਸਾਲ ਤੇ ਥੋੜੀ ਉੱਪਰ ਸੀਗੀ ਤੇ ਇਹਨਾਂ ਸਾਰਿਆਂ ਨੂੰ ਜਿਹੜੇ ਸੀਗੇ ਉਹਨਾਂ ਦਾ ਪ੍ਰਬੰਧ ਕਰਕੇ ਤੇ ਫਿਰ ਸੁਲਤਾਨਪੁਰ ਪਹੁੰਚਦਾ। ਜਦ ਇਹ ਸਾਰਾ ਪਰਿਵਾਰ ਜਿਹੜਾ ਸੀ ਸੁਲਤਾਨਪੁਰ ਪਹੁੰਚਿਆ ਉਸ ਤੋਂ ਬਾਅਦ ਆਣਗਵਾਂ ਜਿਹੜਾ ਸੀਗਾ ਬਾਬੇ ਨਾਨਕੀ ਨੂੰ ਸੁਲਤਾਨਪੁਰ ਆਇਆ ਦੇਖ ਕੇ ਬੜਾ ਖੁਸ਼ ਹੋਇਆ ਤੇ ਸਾਡੇ ਜਿਹੜੇ ਆਣਗਵਾਂ ਈ ਸੀਗੇ ਔਰਤਾਂ ਸੀ ਬੱਚੇ ਸੀ ਸਾਰੇ ਦੌੜੇ ਬਾਬੇ ਨਾਨਕੀ ਜੀ ਦੇ ਘਰ ਆਏ ਘਰ ਆ ਕੇ ਤੇ ਫਿਰ ਇੱਥੇ ਪੁੱਛੋਗੇ ਬਾਬੇ ਨਾਨਕ ਦੇ ਸਹੁਰੇ ਪਰਵਾਦ ਦਾ ਸਾਰੇ ਹਾਲ ਪੁੱਛਣ ਲੱਗੇ ਤੇ ਬਾਬੇ ਨਾਨਕੀ ਨੇ ਆਖੇ ਕਿ ਸਭ ਮੰਗਲਾਚਾਰ ਹੈ ਪਰ ਸਾਰੇ ਦੇ ਮਨ 'ਚ ਇਹੋ ਸੀ ਕਿ ਨਾਨਕ ਕਦ ਆਵੇਗਾ। ਇਹ ਤੇ ਸਾਰਿਆਂ ਦੇ ਮਨ 'ਚ ਇਹ ਪ੍ਰਸ਼ਨ ਸੀਗਾ ਪਰ ਇਹਦਾ ਜਵਾਬ ਤਾਂ ਕਿ ਜਿਹੜਾ ਸੀ ਕੋਈ ਦੇ ਨਹੀਂ ਸਕਦਾ ਪਰ ਫਿਰ ਵੀ ਭਾਏ ਆ ਜੈ ਰਾਮ ਜੀ ਨੇ ਆਖਿਆ ਸੀਗਾ ਕਿ ਨਾਨਕ ਜਿਹੜਾ ਹੈਗਾ ਉਹ ਆਪਣੀ ਮਰਜ਼ੀ ਦਾ ਮਾਲਕ ਹੈਗਾ ਜਦੋਂ ਉਹਦਾ ਜਿੱਤ ਕਰੇਗਾ ਉਹ ਜ਼ਰੂਰ ਆਏਗਾ ਉਸ ਤੋਂ ਬਾਅਦ ਦੇਖੋ ਸਾਰੇ ਜਿਹੜਾ ਪਰਿਵਾਰ ਸੀ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਗਿਆ ਤੇ ਬੱਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਉਹ ਪਹਿਲਾਂ ਦੀ ਤਰ੍ਹਾਂ ਫਿਰ ਇਸੇ ਤਰ੍ਹਾਂ ਸਮਾਧੀਆਂ ਲਾਉਣ ਲੱਗ ਪਏ ਜਾਂ ਸਮਾਧੀਆਂ ਵਿੱਚ ਬੈਠਣ ਲੱਗੇ ਤੇ ਫਿਰ ਭਾਈ ਜੈ ਰਾਮ ਜੀ ਦੇ ਮਨ 'ਚ ਵਿਚਾਰ ਆਇਆ ਕਿ ਇਹਨਾਂ ਦੀ ਪੜ੍ਹਾਈ ਦਾ ਵੀ ਥੋੜਾ ਬਹੁਤਾ ਇਂਤਜ਼ਾਮ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਫਿਰ ਭਾਈ ਯਰਮ ਜੀ ਨੇ ਇੱਕ ਚੰਗਾ ਕੋਈ ਵਿਦਵਾਨ ਦੇ ਕੇ ਬਾਬਾ ਸ਼੍ਰੀ ਚੰਦ ਦੀ ਪੜ੍ਹਾਈ ਦਾ ਜਿਹੜਾ ਜੁਮਾ ਸੀਗਾ ਉਸ ਨੂੰ ਸੌਂਪਿਆ ਪਰ ਬਾਬਾ ਸ਼੍ਰੀ ਚੰਦ ਜਿਹੜੇ ਸੀਗੇ ਉਹ ਆਪਣੇ ਫੁੱਫੜ ਦੇ ਇਸ ਇਂਤਜ਼ਾਮ ਤੋਂ ਅੰਦਰੋਂ ਪਰੇਸ਼ਾਨ ਨਹੀਂ ਸੀ ਚਾਹੁੰਦੇ ਸੀ ਕਿ ਮੈਂ ਵੱਧ ਤੋਂ ਵੱਧ ਸਮਾਦੀ ਲਾਵਾਂ ਪਰ ਫਿਰ ਵੀ ਆਪਣੇ ਬੁੱਫੜ ਜੈ ਰਾਮ ਜੀ ਦੀ ਇਸ ਭਾਵਨਾ ਨੂੰ ਜਾਣਦੇ ਹੋਏ ਬਾਬਾ ਸ਼੍ਰੀ ਚੰਦ ਜੀ ਨੇ ਫਿਰ ਜਿਹੜੇ ਸੀ ਕਈ ਗ੍ਰੰਥ ਪੜ੍ਹਨੇ ਸ਼ੁਰੂ ਕੀਤੇ ਉਹਨਾਂ ਦੇ ਵਿੱਚ ਸੰਸਕ੍ਰਿਤ ਤੇ ਹੋਰ ਕਈ ਪਿਸ਼ਾਵਾਂ ਦਾ ਜਿਹੜਾ ਗਿਆਨ ਸੀਗਾ ਬਾਬਾ ਸ਼੍ਰੀ ਚੰਦ ਜੀ ਨੇ ਪ੍ਰਾਪਤ ਕੀਤਾ ਇਸ ਤਰ੍ਹਾਂ ਟਾਈਮ ਜਦ ਇਹ ਜਿਹੜਾ ਲੰਘਿਆ ਸੀਗਾ ਤੇ ਫਿਰ ਉਹ ਵੀ ਸਮਾਂ ਆ ਗਿਆ ਜਦੋਂ ਬੀਬੇ ਨਾਨਕੀ ਜੀ ਦੇ ਅੰਦਰ ਬਹੁਤ ਸਾਰੀ ਖੇਚ ਜੜੀ ਹੋ ਬਣੀ ਆ ਉਹ ਖੇਚ ਇਹ ਸੀ ਕਿ ਮੇਰਾ ਵੀਰ ਕਦ ਆਏਗਾ ਇਸ ਕਰਕੇ ਜਦੋਂ ਵੀ ਬੀਬੇ ਨਾਨਕੀ ਜੀ ਘਰ ਦੇ ਕੰਮਾਂ ਕਰਨਾਂ ਦੇ ਵਿੱਚ ਆਪਣੇ ਆਪ ਨੂੰ ਵਿਅਸਤ ਰੱਖਦੇ ਤੇ ਕਈ ਵਾਰ ਬੜੇ ਅਦਾਸ ਹੋ ਕੇ ਬੈਠ ਜਾਂਦੇ ਜਿਆਦਾ ਅਦਾਸ ਬੋੜ ਕੇ ਬੈਠਦੇ ਤੇ ਇਹਨਾਂ ਦੇ ਦਾਸੀ ਦਾ ਕਾਰਨ ਭਾਈ ਜੈ ਰਾਮ ਜੀ ਸਮਝ ਜਾਂਦੇ ਕਿ ਇਹਨਾਂ ਨੂੰ ਆਪਣੇ ਵੀਰੇ ਦੀ ਬਹੁਤ ਜ਼ਿਆਦਾ ਖੇਚ ਬਣਦੀ ਆ ਕਿ ਇਹਨਾਂ ਦਾ ਵੀਰਾ ਵਾਪਸ ਆਦਾ ਆਊਗਾ ਪਰ ਫੇ ਵੀ ਭਾਈ ਜੈ ਰਾਮ ਜੀ ਹਸਰਾ ਦਿੰਦੇ ਕਿ ਤੂੰ ਫਿਕਰ ਨਾ ਕਰ ਇਹਰਾ ਵੀ ਤੈਨੂੰ ਵਜਨ ਦੇ ਕੇ ਗਿਆ ਹੈਗਾ ਕਿ ਉਹ ਜ਼ਰੂਰ ਇੱਕ ਦਿਨ ਮੁੜੂਗਾ ਤਾਂ ਮੁੜ ਕੇ ਸਾਡੇ ਸਾਰੇ ਦੁੱਖੜੇ ਜਿਹੜੇ ਆ ਉਹ ਸਾਂਝੇ ਕਰੇਗਾ ਤੇ ਇਸ ਤਰ੍ਹਾਂ ਇਹ ਜਿਹੜਾ ਪ੍ਰੇਮ ਲਾਪ ਇਹ ਜ਼ਰੂਰ ਹੋਊਗਾ ਇਸ ਤਰ੍ਹਾਂ ਕਰਦੇ ਕਰਦੇ ਜਦ ਸਮਾਂ ਬੀਤਣ ਲੱਗਾ ਗੱਲ ਕੀ ਉਹ ਵੀ ਦਿਨ ਆ ਗਿਆ ਜਦ ਇੱਕ ਦਿਨ ਚਿੜੀਆਂ ਜਿਹੜੀਆਂ ਸੀ ਖੁਸ਼ੀ ਜਿ ਚਹਿਲਾਈਆਂ ਤੇ ਹਵਾ ਦੇ ਵਿੱਚ ਪਿੰਨੀਆਂ ਪਿੰਨੀ ਖੁਸ਼ਬੋ ਆਉਣ ਲੱਗੀ ਤੇ ਇਸ ਤਰ੍ਹਾਂ ਜੇ ਤੇ ਕੁਦਰਤ ਦੇ ਵਿੱਚ بڑا ਜਿਹੜਾ ਬਰਤਾਰਾ ਹੋ ਗਿਆ ਬਦਲਾਵ ਹੋਇਆ ਬਹੁਤ ਸੁਹਾਵਾ ਦਿਨ ਚੜਿਆ ਜਿਸ ਨੂੰ ਗੁਰਬਾਣੀ ਨੇ ਆਖਿਆ ਕਿ ਮੌਲੀ ਧਰਤੀ ਮੌਲੀ ਆਕਾਸ਼ ਤੇ ਇਸ ਤਰ੍ਹਾਂ ਜਿਹੜੇ ਸਾਰੇ ਪਾਸੇ ਜਿਹੜੀ ਸੀ ਖੁਸ਼ਹਾਲੀ ਛਾ ਗਈ ਤਾਂ ਫਿਰ ਬਾਬਾ ਨਾਨਕ ਜੀ ਦੇ ਆਉਣ ਦਾ ਜਿਹੜਾ ਸੀ ਉਹ ਵੀ ਸਮਾਂ ਆ ਗਿਆ ਜਦੋਂ ਬਾਬਾ ਨਾਨਕ ਜੀ ਨੇ ਭਾਈ ਬਾਲੇ ਤੇ ਮਰਦਾਨੇ ਜੀ ਨੂੰ ਬਾਹਰ ਜਦ ਉਦਾਸੀ ਸਮੇ ਆ ਗਿਆ ਕਿ ਬੇਬੇ ਬਨਾਨ ਕੀ ਜੀ ਹੁਣ ਤਾਂ ਬਹੁਤ ਜ਼ਿਆਦਾ ਜਾਦ ਕਰ ਰਿਹਾ ਇਸ ਕਰਕੇ ਆਪਾਂ ਹੁਣ ਵਾਪਸ ਸੁਲਤਾਨਪੁਰ ਜਿਹੜਾ ਹੈਗਾ ਉਹ ਜਾਣਾ ਚਾਹੀਦਾ ਹੈਗਾ ਜਦ ਸੁਲਤਾਨਪੁਰ ਦਾ ਨਾਮ ਪਾਈ ਬਾਲਾ ਤੇ ਮੁਰਦਾ ਨਾ ਜਿੰਨੀਆਂ ਸੋਣਿਆ ਅਤ ਬੜੇ ਪ੍ਰਸੰਨ ਹੋਏ ਤੇ ਬਾਬਾ ਜੀ ਨੂੰ ਆਖਣ ਲਗੇ ਬਾਬਾ ਜੀ 8 ਸਾਲ ਤੋਂ ਸਾਨੂੰ ਜ਼ਿਆਦਾ ਹੋ ਗਿਆ ਇਸ ਤਰ੍ਹਾਂ ਜੰਗਲ ਜੰਗਲ ਘੁੰਮਦਿਆਂ ਨੂੰ ਤੇ ਹੁਣ 8 ਸਾਲਾਂ ਬਾਅਦ ਅਸੀਂ ਸੁਲਤਾਨਪੁਰ ਜਾਵਾਂਗੇ ਤੇ ਸਾਰੇ ਪਰਿਵਾਰ ਵਿੱਚ ਬੈਠ ਕੇ ਜਿੰਨੇ ਵੀ ਅਡੋਖੜੇ ਸਾਰੇ ਸਾਂਝੇ ਕਰਾਂਗੇ ਇਸ ਤਰ੍ਹਾਂ ਅਸੀਂ ਵੀ ਆਪਣੇ ਪਰਿਵਾਰਾਂ ਨਾਲ ਮਿਲ ਕੇ ਅਤ ਪ੍ਰਸੰਨ ਹੋਵਾਂਗੇ ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਭਾਈ ਮਰਦਾਨੇ ਜੀ ਤੇ ਭਾਈ ਬਾਲੇ ਜੀ ਨੇ ਧੰਗ ਗੁਰਨਾਨਕ ਸਾਹਿਬ ਮਾਰਿਆ ਨੇ ਕੀਤੀਆਂ ਤੇ ਫਿਰ ਗੁਰੂ ਸਾਹਿਬ ਕਹਿਣ ਲੱਗੇ ਕਿ ਹਾਂ ਇਸ ਤਰ੍ਹਾਂ ਵੀ ਹੋਵੇਗਾ ਆਪਾਂ ਵੀ ਸੋਚਦੇ ਹਾਂ ਕਿ ਸ਼ਿਗਰ ਜਾਈਏ ਜਾ ਕੇ ਅਸੀਂ ਆਪਣੇ ਬੀਬੀ ਜੀ ਨੂੰ ਮਿਲੀਏ ਤੇ ਬਾਕੀ ਸਾਰੇ ਪਰਿਵਾਰ ਨੂੰ ਮਿਲ ਕੇ ਤੇ ਅਸੀਂ ਵੀ ਉਹਨਾਂ ਦੇ ਨਾਲ ਆਪਣੀ ਪ੍ਰੇਮ ਭਰੀ ਸਾਂਝ ਸਾਂਝੀ ਕਰੀਏ ਸੋ ਇਹ ਬਚਨ ਜਦ ਹੋਏ ਸੀ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਜਿਹੜੇ ਸੀ ਉਹ ਸੁਲਤਾਨਪੁਰ ਨੂੰ ਵਾਪਸ ਆਉਣ ਦੇ ਉਹਨਾਂ ਨੇ ਚਾਲੇ ਪਾ ਲਏ ਸੋ ਦਾਸ ਇਨਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੀਮਾ ਦਾ ਜਾਚਕਵਾਜੀ ਹੋਈਆਂ ਬਿਆੰਤ ਭੁੱਲਣ ਚੁੱਕਾਂ ਦੀ ਖੀਮਾ ਬਖਸ਼ਣੀ ਸਫਤੇ ਬਲਾਉ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ